ਜੋੜਦਾ ਹੋਇਆ ਕੁਲਜੀਤਾ ਅਗਲੀ ਕਬੱਡੀ ਪਾਉਂਦਾ ਹੋਇਆ ਮਲਸੀਆਂ ਵਾਲਾ ਔਰ ਸਾਹਮਣੇ ਆਪਾਂ ਤੱਕਦੇ ਵੀ ਬੇਰੜੇ ਦਾ ਨਿੰਦੀਦਾ ਨਾਂ ਦੁਨੀਆ ਦੇ ਸੁਪਰ ਸਟਾਰ ਜਾਫੀਆਂ ਦੇ ਵਿੱਚ ਦਿਓਲ ਪਰਿਵਾਰ ਦਾ ਇਹ ਨੌਜਵਾਨ ਸਰਦਾਰ ਮੇਲਾ ਸਿੰਘ ਦਾ ਸਪੁੱਤਰ ਕਹਿੰਦੇ ਵੀ ਲੱਭੀ ਦਾ ਵੀਰ ਸ਼ਾਨਦਾਰ ਜਫਾ ਲਾਉਂਦਾ ਹੋਇਆ ਆਜ਼ਾਦ ਕਬੱਡੀ ਕਲੱਬ ਦੇ ਲਈ ਅਗਲੀ ਕਬੱਡੀ ਪਾਉਣ ਦੇ ਲਈ ਜੋਗਾ ਹੇਰਾ ਵਾਲਾ ਇਸ ਸਮੇਂ ਪਈ ਹੋਈ ਕਬੱਡੀ ਕਿ ਫਿੱਡੂ ਦੇਵੀ ਜਾਲ ਵਰਗਿਆਂ ਕਦਰ ਇਸ ਦੀ ਪਾਈ ਸੱਥਾ ਵਾਲੀ ਖੇਡ ਕਬੱਡੀ ਕੁੱਲ ਦੁਨੀਆ ਤੇ ਛਾਈ ਗੱਲਾਂ ਸਵੇ ਹਕੀਕੀ ਯਾਰੋ ਭੋਰਾ ਨਹੀਂ ਕਿਤਾਬੀ ਰਾਜ ਲਹਿੜੀ ਰਹਿਣ ਜੀ ਆਉਂਦੇ NRI ਪੰਜਾਬੀ ਰਾਜ ਲਹਿੜੀ ਰਹਿਣ ਜੀ ਆਉਂਦੇ ਪ੍ਰਵਾਸੀ ਵੀਰ ਪੰਜਾਬੀ ਪ੍ਰਵਾਸੀ ਵੀਰਾਂ ਨੇ ਵੱਡਾ ਮਾਣ ਦਿੱਤਾ ਹੈ ਆਪਣੀ ਇਸ ਖੇਡ ਨੂੰ ਜਾਂ ਇੱਧਰਲੇ ਪਾਸੇ ਬੱਗੇ ਪਿੰਡ ਦਾ ਮੰਗੀ ਸ਼ਾਨਦਾਰ ਜਫਾ ਲਾਉਂਦਾ ਹੋਇਆ ਆਪਣੀ ਟੀਮ ਦੇ ਲਈ ਉੱਧਰ ਦਿੜਬੇ ਦਾ ਖੁਸ਼ੀ ਬੈਠਾ ਹੈ ਉਹ ਵੇਖ ਰਿਹਾ ਵੀ ਵੈਨਕੂਵਰ ਕਬੱਡੀ ਕਲੱਬ ਦੇ ਲਈ ਉਹਦੇ ਸਾਥੀ ਖਿਡਾਰੀ ਦਿੜਬੇ ਦਾ ਰਣੀਆਂ ਤੇ ਫਿਕਰ ਝੰਡੇ ਦਾ ਹਿੰਦਾ ਖੇਡ ਰਹੇ ਨੇ ਔਰ ਨਾਲ ਹੀ ਆਪਾਂ ਵੇਖਦੇ ਹਾਂ ਵੀ ਬਿਹਾਰੀ ਪੁਰੀਆ ਕਹਿੰਦਾ ਇਸ ਸਮੇਂ ਅਗਲੀ ਕਬੱਡੀ ਪਾਉਂਦਾ ਹੋਇਆ ਇਹ ਕਬੱਡੀ ਦਾ ਹੋਣਹਾਰ ਖਿਡਾਰੀ ਔਰ ਦਾਰਾ ਪ੍ਰਧਾਨ ਜੀ ਫੈਸਲਾ ਸੁਣਾਉਂਦੇ ਹੋਏ ਵੀ ਅੰਕ ਇਸ ਸਮੇਂ ਕਹਿੰਦੇ ਦੇ ਹਿੱਸੇ ਵੈਨਕੂਵਰ ਕਬੱਡੀ ਕਲੱਬ ਦੀ ਟੀਮ ਦੇ ਲਈ ਜੁੜਦਾ ਹੋਇਆ ਸ਼ਹੀਦ ਬਲਵੀਰ ਸਿੰਘ ਕਬੱਡੀ ਕਲੱਬ ਦੀ ਟੀਮ ਖੇਡ ਮੈਦਾਨ ਦੇ ਵਿੱਚ ਪੁੱਜ ਗਈ ਹੈ ਮੈਂ ਬੇਨਤੀ ਕਰਾਂ ਪੰਜਾਬ ਸਪੋਰਟਸ ਕਬੱਡੀ ਕਲੱਬ ਦੀ ਟੀਮ ਨੂੰ ਵੀ ਉਹ ਵੀ ਖਿਡਾਰੀ ਜਲਦੀ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਣ ਔਰ ਸਾਹਮਣੇ ਰਣੀਆ ਦਿੜਬੇ ਵਾਲਾ ਚੜ੍ਹਦੀ ਵਿਰੇਸ ਦਾ ਕਹਿੰਦੇ ਵੀ ਪੰਜਾਬ ਪੁਲਿਸ ਦਾ ਇਹ ਖਿਡਾਰੀ ਹੈ ਜਿਵੇਂ ਦਿੜਬੇ ਦਾ ਕਰਨ ਪੰਜਾਬ ਪੁਲਿਸ ਦਾ ਤਕੜਾ ਖਿਡਾਰੀ ਹੋਇਆ ਉਸ ਤਰ੍ਹਾਂ ਹੀ ਕਹਿੰਦੇ ਵੀ ਇਹ ਨੌਜਵਾਨ ਪੰਜਾਬ ਪੁਲਿਸ ਦਾ ਪਰ ਇੱਧਰਲੇ ਪਾਸੇ ਮਨਜੀਤ ਸਿੰਘ ਜੀ ਬਾਸੀ ਸਾਹਿਬ ਆਪਣਾ ਫੈਸਲਾ ਸੁਣਾਉਂਦੇ ਹੋਏ ਵੀ ਅੰਕ ਇਸ ਸਮੇਂ ਰੇਡਰ ਦੇ ਹਿੱਸੇ ਹੈ ਆਜ਼ਾਦ ਕਬੱਡੀ ਕਲੱਬ ਦੇ ਲਈ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਕਬੱਡੀ ਤੰਦਾ ਪਰਜੀਆਂ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵੈਨਕੂਵਰ ਦੀ ਟੀਮ ਵੱਲੋਂ ਇਸ ਸਮੇਂ ਅੱਗੇ ਵੱਲ ਵਧਿਆ ਔਰ ਚਾਰੋ ਜਾਫੀ ਪੂਰੀ ਤਿਆਰੀ ਦੇ ਵਿੱਚ ਇੱਕ ਪਾਸੇ ਨਿੰਦੀ ਦੂਸਰੇ ਪਾਸੇ ਢਿੱਲੋਂ ਔਰ ਨਾਲ ਹੀ ਸਿੱਪੀ ਖੀਰਾਂ ਵਾਲੀਆ ਆਹ ਖਿਡਾਰੀਆ ਕਹਿੰਦੇ ਵੀ ਹਰਦੀਪ ਸਿੰਘ ਢਿੱਲੋਂ ਪੰਡੋਰੀ ਲੱਦੇ ਦੀ ਧਰਤੀ ਦਾ ਹੁਸ਼ਿਆਰਪੁਰੀਆ ਇਸ ਸਮੇਂ ਕਰਦਾ ਹੋਇਆ ਕੁਛ ਜਫਾ ਲਾਉਣ ਦੀ ਔਰ ਸਾਹਮਣੇ ਆਪਾਂ ਵੇਖਦੇ ਵੀ ਤੇਜ਼ ਤਰਾਰੇ ਨੌਜਵਾਨ ਤੰਦਾ ਪਰਜੀਆਂ ਵਾਲਾ ਵੈਨਕੂਵਰ ਦੇ ਲਈ ਇੱਕ ਅੰਕ ਦਾ ਹੋਰ ਵਾਅਦਾ ਕਰਦਾ ਹੋਇਆ ਬਹੁਤ ਹੀ ਤਕੜਾ ਚੱਲਦਾ ਹੋਇਆ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਖੇਡ ਮੈਦਾਨ ਦੇ ਵਿੱਚ ਸੀਪਾ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਇਸ ਸਮੇਂ ਅੱਗੇ ਵੱਲ ਵਧਿਆ ਬਦੋਵਾਲ ਇੱਕ ਕਹਿੰਦੇ ਵੀ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ ਔਰ ਦੂਸਰਾ ਕਹਿੰਦੇ ਵੀ ਗੁਰਦਾਸਪੁਰ ਦਾ ਦੋਨੋਂ ਪੰਜਾਬ ਦੇ ਪਿੰਡ ਔਰ ਸਾਹਮਣੇ ਇਹ ਗੁਰਦਾਸਪੁਰੀਆ ਨੌਜਵਾਨ ਕਬੱਡੀ ਪਾਉਂਦਾ ਹੋਇਆ ਚੂੜ ਚੱਕੀਆ ਪੱਪੂ ਕਰਦਾ ਹੋਇਆ ਮੁਕਾਬਲਾ ਇਸ ਨੌਜਵਾਨ ਦੇ ਨਾਲ ਪਰ ਪਹਿਲਾ ਟੱਚ ਕਹਿੰਦੇ ਵੀ ਕਿਸੇ ਦੂਸਰੇ ਖਿਡਾਰੀ ਦੇ ਲੱਗੇ ਹੈ ਸੋ ਇਹ ਡਬਲ ਟੱਚ ਦਾ ਅੰਕ ਇਸ ਸਮੇਂ ਆਪਾਂ ਵੇਖਦੇ ਹਾਂ ਵੀ ਆਜ਼ਾਦ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਕੁਲਜੀਤਾ ਅਗਲੀ ਕਬੱਡੀ ਪਾਉਂਦਾ ਹੋਇਆ ਸਾਂਭ ਸਾਂਭ ਰੱਖਦੇ ਜੋ ਤਨ ਦੀ ਜੰਗੀਰ ਨੂੰ ਕਾੜਨੀ ਦੇ ਦੁੱਧ ਵਾਂਗੂ ਕਾੜਦੇ ਸਰੀਰ ਨੂੰ ਖੇਡ ਮੈਦਾਨਾਂ ਦੇ ਵਿੱਚ ਉਹ ਰੱਖਦੇ ਦਲੇਰੀਆਂ ਉਹੀ ਕਹਿੰਦੇ ਲਿਆਉਂਦੇ ਨੇ ਫਿਰ ਆਣ ਕੇ ਹਨੇਰੀਆਂ ਉਹੀ ਫਿਰ ਲਿਆਉਂਦੇ ਨੇ ਆਣ ਕੇ ਹਨੇਰੀਆਂ ਇੱਕ ਪਾਸੇ ਨਿੰਦੀ ਨਰਿੰਦਰ ਸਿੰਘ ਇੱਕ ਨਰਿੰਦਰ ਸਿੰਘ ਦੁਗਾੜ ਵਾਲਾ ਦੁਨੀਆ ਦਾ ਰੁਸਤਮ ਜਾਫੀ ਸਾਹਮਣੇ ਬੈਠਾ ਹੈ ਉਹ ਵੇਖਦਾ ਹੈ ਵੀ ਸਾਡੇ ਏਰੀਏ ਦਾ ਇਹ ਨਿੰਦੀ ਬੇਨੜੇ ਵਾਲਾ ਜੱਫਾ ਲਾ ਪਾਵੇਗਾ ਕਿ ਨਹੀਂ ਆਪਾਂ ਵੇਖਦੇ ਵੀ ਅੰਕ ਵੈਨਕੂਵਰ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਇਸ ਦੇ ਨਾਲ ਹੀ ਇਹ ਚੱਲਦਾ ਹੋਇਆ ਮੈਚ ਸਮਾਪਤ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਪ੍ਰੋਫੈਸਰ ਮੱਖਣ ਸਿੰਘ ਜੀ ਖੇਡ ਮੈਦਾਨ ਦੇ ਵਿੱਚ ਆਉਣਗੇ ਅਤੇ ਨਾਲ ਹੀ ਲਾਲੀ ਢੇਸੀ ਜੀ ਜੋ ਪ੍ਰਧਾਨ ਨੇ ਯੰਗ ਕਲੱਬ ਦੇ ਆਪਣੀ ਟੀਮ ਨੂੰ ਲੈ ਕੇ ਪੁੱਜ ਗਏ ਨੇ ਔਰ ਦੂਸਰੇ ਪਾਸੇ ਟੀਮ ਹੋਵੇਗੀ ਪੰਜਾਬ ਸਪੋਰਟਸ ਕਬੱਡੀ ਕਲੱਬ ਉਹ ਵੀ ਟੀਮ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ ਇਸ ਮੈਚ ਦੇ ਵਿੱਚੋਂ ਵੈਨਕੂਵਰ ਕਬੱਡੀ ਕਲੱਬ ਦੇ 40 ਅੰਕ ਰਹੇ ਨੇ ਅਤੇ 34 ਅੰਕ ਰਹੇ ਨੇ ਆਜ਼ਾਦ ਕਬੱਡੀ ਕਲੱਬ ਦੇ ਵੈਨਕੂਵਰ ਕਬੱਡੀ ਕਲੱਬ ਦੀ ਟੀਮ 6 ਅੰਕ ਲੈ ਕੇ ਵੱਧ ਲੈ ਕੇ ਇਸ ਮੈਚ ਦੇ ਵਿੱਚ ਜਿੱਤ ਚੁੱਕੀ ਹੈ ਆਪਣੇ ਸਮੇਂ ਦੇ ਮਹਾਨ ਖਿਡਾਰੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਖੇਡ ਮੈਦਾਨ ਦੇ ਵਿੱਚ ਆਉਣਗੇ ਅਫੀਸ਼ੀਅਲ ਦੇ ਤੌਰ ਤੇ ਤੇ ਸਾਡੇ ਕਰਮਪਾਲ ਸਿੱਧੂ ਜੀ ਨਿੰਮਾ ਕੋਲੀਆ ਜੀ ਸਾਡੇ ਮੇਜਰ ਬਰਾੜ ਜੀ ਹੈਰੀ ਗਿੱਲ ਜੀ ਆਪਾਂ ਧੰਨਵਾਦ ਕਰਦੇ ਹਾਂ ਜਿਹਨੇ ਵੀ ਸਾਡੇ ਪਤਵੰਤੇ ਸੱਜਣ ਦਰਸ਼ਕ ਵੀਰ ਪੁੱਜੇ ਹੋਏ ਆ ਉੱਥੇ ਜਿੰਨੇ ਵੀ ਸਾਡੇ ਮੀਡੀਆ ਵਾਲੇ ਚਾਹੇ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਹੋਵੇ ਚਾਹੇ ਪ੍ਰਿੰਟ ਮੀਡੀਆ ਦੀ ਆਪਾਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਅੱਜ ਵੱਡਾ ਸਹਿਯੋਗ ਦਿੰਦੇ ਆ ਸਾਡੇ 5ਵੇਂ ਇੰਟਰਨੈਸ਼ਨਲ ਅੰਬੀ ਹਸੂਰ ਦੀ ਯਾਦ ਨੂੰ ਇਸ ਵਰਪਤ ਇੰਟਰਨੈਸ਼ਨਲ ਕਬੱਡੀ ਕੱਪ ਤੋਂ ਫਰਦੂਜਾ ਸੈਮੀਫਾਈਨਲ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਇੱਕ ਪਾਸੇ ਮੇਜਰ ਨੱਤ ਬੇਅੰਤ ਲੇਟਿਆ ਜੀ ਦੁਨੀਆ ਦੇ ਸੁਪਰ ਸਟਾਰ ਖਿਡਾਰੀ ਅੱਜ ਖੇਡ ਮੈਦਾਨ ਦੇ ਵਿੱਚ ਮੌਜੂਦ ਹੈ ਲਓ ਮੇਰੇ ਰੱਬ ਵਰਗੇ ਦਰਸ਼ਕ ਵੀਰਿਓ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਆਹ ਨੌਜਵਾਨ ਹੰਦਿਆਂ ਦੇ ਵਿੱਚ ਜੋ ਅੱਗੇ ਵਧਣ ਦੀ ਪੂਰੀ ਤਿਆਰੀ ਕਰ ਚੁੱਕਾ ਹੈ ਕਹਿੰਦੇ ਨੇ ਕਿ ਇਹ ਹੁਣ ਸਾਹਮਣੇ 4 ਜਾਫੀਆਂ ਦੇ ਨਾਲ ਟੱਕਰ ਲਵੇਗਾ ਇੱਕ ਪਾਸੇ ਸੈਦੋਗੇ ਦੀ ਧਰਤੀ ਦਾ ਪਾਲੀ ਹੈ ਜਿਹੜਾ ਕਹਿੰਦੇ
ਬੈਲਜੀਅਮ ਦੇ ਵਿੱਚ ਵਸਿਆ ਹੋਇਆ ਇਹ ਯੂਰਪ ਦੇ ਵਿੱਚ ਤਗੜਾ ਖੇਡਦਾ ਤੇ ਦੂਜੇ ਪਾਸੇ ਖੈਰਿਆ ਵਾਲਾ ਪਿੰਡਾ ਇਸ ਵੇਲੇ ਪੂਰੀ ਕੋਸ਼ਿਸ਼ ਕਰੇਗਾ ਕਿ ਪਹਿਲਾ ਪੁਆਇੰਟ ਜਿਹੜਾ ਇਹ ਪੰਜਾਬ ਸਪੋਰਟਸ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਜੋੜਿਆ ਜਾਵੇ। ਸਾਡੇ ਸ਼ਿਵਦੇਵ ਔਜਲਾ ਜੀ ਮੁੱਠੜਿਆਂ ਵਾਲੇ ਤੱਕਦੇ ਨੇ ਕਿ 30 ਸਕਿੰਟਾਂ ਦੀ ਕਬੱਡੀ ਹੈ ਮੇਰੇ ਵੀਰੋ, ਝੁਕਿਆ ਹੋਇਆ ਸੰਦੀਪ ਹੈ ਮਨ ਦੇ ਵਿੱਚ ਬੋਲ ਕਬੱਡੀ ਕਬੱਡੀ ਦੇ ਬੋਲਦਾ ਹੈ ਪਰ ਸਾਹਮਣੇ ਖੜਿਆ ਵਾਲਾ ਪਿੰਡਾ ਵਾਹ ਨਹੀਂ ਹੋ ਰਹੀ ਸੈ ਗਭਰੂ ਦੀਆਂ ਆਓ ਇੱਕ ਜੋਰ ਦੇ ਨਾਲ ਬਿਹਤਰੀਨ ਜੱਫਾ ਲਾਉਣ ਦਾ ਯਤਨ ਕਰਦਾ ਹੋਇਆ ਸਾਡੇ ਮਨਜੀਤ ਵਾਸੀ ਜੀ ਆਖਦੇ ਨੇ ਕਿ ਪਹਿਲਾ ਜਿਹੜਾ ਪੁਆਇੰਟ ਇਹ ਪੰਜਾਬ ਸਪੋਰਟਸ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਲਾਲੀ ਸਿੱਧੂ ਜੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲਓ ਇਧਰਲੇ ਪਾਸੇ ਮੇਰੇ ਵੀਰੋ ਫਿਰ ਵੇਖਦੇ ਆ ਆਹ ਨੌਜਵਾਨ ਸੇਠੀ ਇਹ ਤੂੰ ਸਾਰਨੇ ਦੀ ਧਰਤੀ ਦਾ ਪਰ ਆਹ ਨੌਜਵਾਨ ਇਹਨੂੰ ਭੰਡਾਲ ਦੋਨਾਂ ਦੀ ਧਰਤੀ ਦਾ ਸੁੱਖਾ ਆਖਦੇ ਆ ਜਿਵੇਂ ਸਾਡੇ ਉਸਤਾਦ ਜੀ ਆਖਦੇ ਹੁੰਦੇ ਨੇ ਕਿ ਇਹ ਸੁੱਖਾ ਭੰਡਾਲ ਦੋਨਾਂ ਵਾਲਾ ਇਹ ਵਰਲਡ ਕੱਪ ਦਾ ਸੈਕਿੰਡ ਉੱਤਮ ਜਾਫੀ ਰਿਹਾ ਇਸ ਵੇਲੇ ਹਿੱਕ ਜ਼ੋਰ ਦੇ ਨਾਲ ਵਾਹ ਲੱਗੀ ਹੋਈ ਗੁੱਟ ਨੂੰ ਕੈਂਚੀ ਮੇਰੇ ਵੀਰੋ ਇਹਨੂੰ ਰੋਪੜੀਆ ਜਿੰਦਾ ਕਹਿ ਲਓ ਜਾਂ ਸਿਆਲਕੋਟੀਆ ਜਿੰਦਾ ਉਧਰ ਕੇਸ ਮੱਖਣ ਜੀ ਆਖਦੇ ਨੇ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹਾਂ ਕਿ ਜਿਹੜੀ ਝੁਕਦੀ ਕਦੇ ਨਾ ਉਹ ਅਸੀਂ ਧੌਣ ਹੁੰਦੇ ਹਾਂ ਕਿ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਹਾਂ। ਲਓ ਮੇਰੇ ਵੀਰਿਓ ਆਹ ਨੌਜਵਾਨ ਦੁਨੀਆ ਦਾ ਮਹਾਨ ਧਾਵੀ ਹੈ ਕਹਿੰਦੇ 1999 ਤੋਂ ਸ਼ੁਰੂ ਹੋ ਗਿਆ ਇੰਗਲੈਂਡ ਦੀਆਂ ਗਰਾਊਂਡਾਂ ਦੇ ਵਿੱਚ ਇਹ ਬਲਵਿੰਦਰ ਗਾਂਧੀ ਦੇ ਨਾਲ ਤੇ ਬਾਜੀ ਤੇ ਸ਼ਿਦਰੀ ਦੇ ਨਾਲ ਖੇਡਿਆ ਫਿਰ ਕਹਿੰਦੇ ਨੌਨ ਸਟਾਪ ਇਹ ਸੁਰਖਪੁਰੀਆ ਤੁਲਾ ਇਸ ਵੇਲੇ ਵਧਿਆ ਹੋਇਆ ਆਓ ਮਨਜੀਤ ਵਾਸੀ ਜੀ ਦਾ ਫੈਸਲਾ ਕਿ ਪੁਆਇੰਟ ਇਸ ਵੇਲੇ ਸੁਰਖਪੁਰੀਏ ਤੁਲੇ ਦੇ ਹਿੱਸੇ ਹੈ। ਉਧਰ ਜਲੰਧਰ ਸਿੰਘ ਸਿੱਧੂ ਸਾਹਿਬ ਜੀ ਇਹਨਾਂ ਖਿਡਾਰੀ ਵੀਰਾਂ ਦਾ ਮੇਰੇ ਵੀਰੋ ਲੇਖਾ ਜੋਖਾ ਅੰਕੜਿਆਂ ਦਾ ਵੇਰਵਾ ਰੱਖਦੇ ਨੇ ਖੇਡ ਕਬੱਡੀ ਦਾ ਮੇਰੇ ਵੀਰੋ ਮੈਗਜ਼ੀਨ ਜੋ ਦਰਸ਼ਕ ਵੀਰਾਂ ਦੇ ਜਲਦ ਹੀ ਰੂਬਰੂ ਹੋਵੇਗਾ ਨਾਲ ਸਾਡੇ ਭੋਲਾ ਜੀ ਮੁਮੀਹੇ ਵਾਲੇ ਤੇ ਜਥੇਦਾਰ ਹਰਨੇਕ ਸਿੰਘ ਜੀ ਉਹ ਵੀ ਅੱਜ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ। ਲਓ ਸਾਹਮਣੇ ਕੋਟ ਗੰਗੂ ਰਾਏ ਵਾਲੇ ਪਿੰਦਰੀ ਦਾ ਬੋਲਿਆ ਉੱਠਿਆ ਧਾਵਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੈ ਵਾਹ ਨਹੀਂ ਹੋ ਰਹੀ ਸੈ। ਇੱਕ ਪਾਸੇ ਤੁਗਾਲ ਵਾਲਾ ਬਿੱਟੂ ਹੈ ਮੇਰੇ ਵੀਰੋ ਇਹ ਪਟਿਆਲੇ ਦੀ ਹਨੇਰੀ ਹੈ ਤੂਫਾਨਾਂ ਨੂੰ ਇਹਨੇ ਡੱਕਿਆ ਏ ਪਰ ਆਓ ਸਾਹਮਣੇ ਹਾਈਸੇ ਰੱਖ ਕਿ ਤੀਲੀ ਲੋਕ ਦਾ ਮੁਕਦਮਾ ਪਾਰੀ ਥਾਣੇਦਾਰਾ ਫੈਸਲਾ ਇਹ ਸੋਚ ਕੇ ਕਰੀ ਇਹ ਪੁਆਇੰਟ ਸਾਡੇ ਲੱਭੀ ਜੀ ਆਖਦੇ ਨੇ ਇਹ ਪੁਆਇੰਟ ਜਿਹੜਾ ਸ਼ਹੀਦ ਬਲਵੀਰ ਸਿੰਘ ਕਬੱਡੀ ਕਲੱਬ ਕੈਲਗਰੀ ਔਰ ਯੰਗ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਹੈ ਸਾਡੇ ਪ੍ਰਧਾਨ ਯੰਗ ਕਬੱਡੀ ਕਲੱਬ ਦੇ ਲਾਲੀ ਢੇਸੀ ਜੀ ਸਾਡੇ ਕੇ ਐਸ ਮੱਖਣ ਜੀ ਸਾਡੇ ਬਲਦੇਵ ਮਾਨ ਜੀ ਮਾਨਾ ਰੂਮੀ ਵਾਲਾ ਉਹਨਾਂ ਵੱਲੋਂ ਸਪੋਂਸਰ ਕੀਤੀ ਹੋਈ ਟੀਮ ਦੇ ਹਿੱਸੇ ਹੈ। ਲਓ ਸਾਹਮਣੇ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਆਹ ਸਾਹਮਣੇ ਨੌਜਵਾਨ ਫਿਰ ਨਵੇਂ ਪਿੰਡ ਦੀ ਧਰਤੀ ਦਾ ਦੀਪਾ ਅੱਗੇ ਵਧਿਆ ਵਾਹ ਇੱਕ ਵਾਰੀ ਤਾੜੀਆਂ ਮਾਰੋ ਮੇਰੇ ਦਰਸ਼ਕ ਵੀਰੋ ਤਾਲਮੇਲ ਦੇਖੋ ਇਹਨਾਂ ਦੋਨੇ ਗੱਭਰੂਆਂ ਦਾ ਕਹਿੰਦੇ ਇਹ ਮੀਰੀ ਪੀਰੀ ਕਬੱਡੀ ਅਕੈਡਮੀ ਅਮਰੀਕਾ ਦੀ ਟੀਮ ਦੇ ਲਈ ਪੰਜਾਬ ਦੇ ਵਿੱਚ ਖੇਡਦੇ ਨੇ ਇੱਕ ਪਾਸੇ ਕਾਲਵਾਂ ਵਾਲਾ ਭਲਵਾਨ ਤੇ ਦੂਜੀ ਕਲੀ ਦੇ ਕਹਿੰਦੇ ਭੰਡਾਲ ਦੋਨਾਂ ਵਾਲਾ ਸੁੱਖਾ ਉਹੋ ਜਿਹਾ ਤਾਲਮੇਲ ਤੇ ਚੋਟੀ ਦਾ ਬਿਹਤਰੀਨ ਅੰਕ ਜੋੜਿਆ ਇਸ ਵੇਲੇ ਸ਼ਹੀਦ ਬਲਵੀਰ ਸਿੰਘ ਕਬੱਡੀ ਕਲੱਬ ਕੈਲਗਰੀ ਉਫ ਯੰਗ ਕਬੱਡੀ ਕਲੱਬ ਦੀ ਟੀਮ ਦੇ ਲਈ ਖੇਡ ਮੈਦਾਨ ਦੇ ਵਿੱਚ। ਇਧਰਲੇ ਪਾਸੇ ਆਪਾਂ ਫਿਰ ਵੇਖਦੇ ਹਾਂ ਆਓ ਨਿਜ਼ਾਮਪੁਰੀਆ ਤੇਜ਼ੀ ਅੱਗੇ ਵਧਿਆ ਹੋਇਆ ਤੇ ਉਧਰ ਸਾਡੇ ਬਹੁਤ ਹੀ ਰਿਸਪੈਕਟਡ ਬ੍ਰਹਮ ਪ੍ਰਕਾਸ਼ ਲੁੱਟੂ ਜੀ ਜਿਹੜੇ ਮੁੱਖ ਸੰਪਾਦਕ ਹੈ ਦੇਸ਼ ਪੰਜਾਬ ਟਾਈਮਸ ਦੇ ਜਿਹੜੇ ਵੀਕਲੀ ਪੇਪਰ ਕੈਲਗਰੀ ਦੇ ਵਿੱਚ ਨਿਕਲਦਾ ਸੋ ਉਹਨਾਂ ਦੇ ਮੁੱਖ ਸੰਪਾਦਕ ਬ੍ਰਹਮ ਪ੍ਰਕਾਸ਼ ਲੱਡੂ ਜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ ਆਪਾਂ ਧੰਨਵਾਦ ਕਰਦੇ ਹਾਂ। ਤੇ ਇਧਰਲੇ ਪਾਸੇ ਪੰਡਾਲ ਦੋਨਾਂ ਵਾਲਾ ਸੁੱਖਾ ਮੇਰੇ ਵੀਰੋ ਵਾਹ ਨਹੀਂ ਹੋ ਰਹੀ ਸੈ ਗਭਰੂ ਦੀਆਂ ਸਾਡੇ ਕੇ ਐਸ ਮੱਖਣ ਜੀ ਆਖਦੇ ਨੇ ਪੰਡਾਲ ਦੋਨਾਂ ਵਾਲੇ ਸੁੱਖੇ ਦੇ ਲਈ $100 ਸਪੈਸ਼ਲ ਮਾਨ ਹੈ। ਉਧਰ ਸਾਡੇ ਪੰਮਾ ਬਣਵੈਤ ਜੀ ਜਿਹੜੇ ਕਿ ਮੇਨ ਸਪੋਂਸਰ ਹੈ ਯੂਨਾਈਟਿਡ ਕਬੱਡੀ ਕਲੱਬ ਕੈਲਗਰੀ ਦੇ ਉਹ ਵੀ ਵੱਡਾ ਮਾਣ ਕਰਦੇ ਨੇ ਆਪਾਂ ਧੰਨਵਾਦ ਕਰਦੇ ਹਾਂ ਸਾਡੇ ਪੰਮਾ ਬਣਵੈਤ ਜੀ। ਤੇ ਲਓ ਸਾਹਮਣੇ ਫਿਰ ਸੁਰਖਵਰੀਆ ਸੰਦੀਪ ਅੱਗੇ ਵਧਿਆ ਹੈ ਆਓ ਪਾਲੀ ਸੈਦੂ ਕੇਵਲੇ ਦੇ ਨਾਲ ਕਰ ਮੁਕਾਬਲਾ ਇਸ ਵੇਲੇ ਅੰਕ ਦਾ ਵਾਧਾ ਹੋ ਚੁੱਕਾ ਖੇਡ ਮੈਦਾਨ ਦੇ ਵਿੱਚ ਸ਼ਹੀਦ ਬਲਵੀਰ ਸਿੰਘ ਕਬੱਡੀ ਕਲੱਬ ਕੈਲਗਰੀ ਉਰਫ ਯੰਗ ਕਬੱਡੀ ਕਲੱਬ ਦੀ ਟੀਮ ਦੇ ਲਈ ਸਾਡੇ ਪਰਮਜੀਤ ਸਿੰਘ ਜਗਪਾਲਪੁਰ ਵਾਲੇ ਏ ਕਲਾਸ ਡੋਰ ਵਾਲੇ ਤੱਕਦੇ ਨੇ ਇੱਕ ਪਾਸੇ ਕੋਟ ਗੰਗੂ ਰਾਏ ਦੀ ਧਰਤੀ ਮੇਰੇ ਵੀਰੋ ਜ਼ਿਲ੍ਹਾ ਲੁਧਿਆਣਾ ਕੀ ਹੋਇਆ ਕੀ ਜੇ ਕੁੜੀ ਹੈ ਤੂੰ ਦਿੱਲੀ ਸ਼ਹਿਰ ਦੀ ਮੈਂ ਵੀ ਜੱਟ ਲੁਧਿਆਣੇ ਦਾ ਇਹ ਲੁਧਿਆਣੀਆਂ ਪਿੰਦਰੀ ਇਸ ਵੇਲੇ ਆਪਣੀ ਟੀਮ ਦੇ ਹਿੱਸੇ ਅੰਕ ਜੋੜਦਾ ਹੋਇਆ ਖੇਡ ਮੈਦਾਨ ਦੇ ਵਿੱਚ। ਲਓ ਵੀ ਮੇਰੇ ਦਰਸ਼ਕ ਵੀਰੋ ਫਿਰ ਅੱਗੇ ਵਧਿਆ ਇਹ ਸੁਰਖਪੁਰੀਆ ਦੁੱਲਾ ਕਹਿੰਦੇ ਕਿ ਦੁਨੀਆ ਦਾ ਇਹ ਬੈਸਟ ਅੰਕੜਿਆਂ ਦੀ ਗੱਲ ਕਰੀਏ ਤੇ ਇਹ ਟੋਰਾਂਟੋ ਦੇ ਕਬੱਡੀ ਕੱਪ ਦਾ ਬੈਸਟ ਰਿਹਾ ਪਰ ਜਦੋਂ ਖੇਡਿਆ ਇਹ ਬੈਸਟ ਬਣ ਕੇ ਖੇਡਿਆ। ਲਓ ਸਾਹਮਣੇ ਬਿਹਤਰੀਨ ਅੰਕ ਫਿਰ ਜੋੜਦਾ ਹੋਇਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ
बलवीर सिंह शहीद बलवीर सिंह कबड्डी क्लब कैलगरी उर्फ जंग कबड्डी क्लब की टीम के लिए खेड मैदान के अगली कबड्डी पाउण दे लई आओ सामने नवे पिंडिया दीपा मेरे वीरो फिर अगे वधाई आ नौजवान यह भी लुधियाने की धरती का इनू माण है कि यह आनंदपुर साहब की पवित्र धरती के महाकुंभ का भी बेस्ट रहा यह इंग्लैंड के भी कहते वर्ल्ड कप खेडिया इस वे खून कल की धरती का गोल्ड ही जंग कबड्डी क्लब के लिए अंक जोड़ता हुआ खेड मैदान के इधरले पासे आप मेरे वीरो फिर वेखते हैं आ नौजवान इनू छोटा दुला आख रहे हैं एक कैलिफोर्निया दे विच बसिया होया लाओ सामने इस वेले उखड़दे हुए गबरू दे पैर फिर संभलिया ते फिर अंक जोड़िया शहीद बलबीर सिंह कबड्डी क्लब कैलगरी और जंग कबड्डी क्लब की टीम के लिए खेड मैदान दे विच उधर साडे कमलजीत नीटू जी नाल साडे समरा साहब साडे राणा हेर जी आप धन्यवाद करते हैं कि अज विशेष तौर पर मां खेड कबड्डी के नाल जुड़े हुए हैं पर इधरले पासे आओ कुमकरा की धरती का गोल्ड ही फिर बेहतरीन अंक जोड़ता हुआ इस वेले अपनी टीम के लिए शहीद बलबीर सिंह कबड्डी क्लब कैलगरी और जंग कबड्डी क्लब की टीम के लिए चल भाई तेजी से अगे बढ़ सामने चार या फिर एक दे है एक पासे खैरिया बड़ा पिंदा है मेरे भीओ कहते हैं कि देवी दयाल का नाम दुनिया भर के प्रसिद्ध महान कोच उस एरिए का यह गबरू आओ आप देखते हैं समय फिर निजामपुरी तेजी इस वे एक अंक का फिर वाधा करता हुआ इस वे खेड मैदान के अगली कबड्डी पाने लिए सामने पिंदरी फिर अगे वध्याई माण सानू इन्हों जो खेड मेले कराते ने ताइयों जवान जोर पट्टा लाते ने जड़ों फड़ पुटते ने नशे की बीमारी तत्ती वाह ना लगे कदे भी किसी खिडारी के तत्ती वाह ना लगे यारो कभी किसी खिडारी लाओ सामने एक पासे पंडाल दोनों वाला यह है मेरे वीरो देवे पंडाल का वारिस राणे पंडाल का पेंडू मेरे वीरो सुखा पंडाल और के एस मखण जी आखते ने वाह के हिक जोर दे नाल बेहतरीन यफा साडे लाली ढेसी जी बेगमपुर वाले प्रधान ने जंग कबड्डी क्लब के साडे परमजीत सिंह जगपालपुर वाले साडे जग्गा जी राजस्थानी गंगा नगर की धरती से कहते तगड़े कबड्डी कप कराते हैं तो अज आप माण है ये मां खेड कबड्डी के नाल जुड़े हुए हैं पंजाबियों की यह महबूब खेड कबड्डी इधरले पासे सुरखपुरिए संदीप का फिर बोलिया हुआ धावा इस वेले खेड मैदान के एक पासे हरजीत है ये चहलों की धरती का दूजे पासे संदीप है ये कपूरथली है अपनी टीम के लिए फिर अंक जोड़ता हुआ इस वेले खेड मैदान के वाह एक बारी ताड़ियां मारो मेरे दर्शक वीरियो ये पंजाबियों की महबूब खेड कबड्डी पर कहते कनेडा की धरती के जेडे जमे है वह भी इस खेड कबड्डी के नाल जुड़े हुए हैं जिमें कश्मीर सिंह हेर दा सपुत्र जोगा हेर कहते दुनिया का भी हुण सुपरस्टार बनते रास्ते से है पर आ नौजवान गुरप्रीत इस वेले दुबाल वाले बिट्टू के नाल पेचा पा चुका है वाह ये जानता है कि दुबाल वाला बिट्टू दुनिया का महान जाफी है पर मैं भी कहना इस टक्कर लवांगा तो आने वाले समय का यह स्टार होगा आप उस समय का इंतजार करेंगे पर इस वे पॉइंट जोड़ा ये शहीद बलबीर सिंह कबड्डी क्लब कैलगरी और जंग कबड्डी क्लब की टीम के हिस्से जुड़ता हुआ खेड मैदान के आओ सामने नौजवान फिर अगली कबड्डी पाने लिए सुरखपुरी दुला फिर अगे वधाई आप देखते हैं बनिया कलैरी मोर है आओ सामने सैदू के बड़ा पाली हल्की जी कोशिश गबरू की पर पॉइंट जरा फिर इस वे खेड मैदान के दुले के हिस्से जुड़ता हुआ सुरखपुरी दुले के लिए $50 साढ़े के एस मखण जी पंजाबियों के प्रसिद्ध लोक गायक के नंबर से दिल मिलते नहीं पहला वाली मौज बहारा के नंबर से दिल मिलते मोमजोवाल की पवित्र धरती कहते उस धरती से भी इन्होंने अपने फन का मुजहरा किया अज विशेष तौर पर हला श्री दे रहे हैं शहीद बलबीर सिंह कबड्डी क्लब कैलगरी और जंग कबड्डी क्लब की टीम उधर देदरे बड़ा जोगी ते सुनेता बड़ा बिंदू तकते हैं जे सट ना लगी होंगी तो गल वक्री होनी सी फिर कहते गल वक्री होनी सी पर आप देखते हैं छोटा दुला एक कैलिफोर्निया बड़ा फिर कबड्डी पा के इस वे अंक जोड़ता हुआ अपनी टीम के लिए खेड मैदान के उधरले पासे साढ़े जंग बहादुर जी जंग गिल जी वह भी तकते हैं कि दुनिया के सुपरस्टार खिडारियों का चलता हुआ मुकाबला साडे दीपा मुठड्डा जी कहते माण महसूस करते हैं कि दलजिंदर मुठड्डिया वाला इन्हों का अपना पुत्र वह भी हुण कबड्डी का स्टार बन गया लाओ इधरले पासे विक्की काखरा वाला वाह नहीं और पर साडे लभी जी आखते हैं कि मुल नहीं पैंदा तार तुसी कले दा खेडा विचों खेड कबड्डी जफा कले कले दा डबल टच ते पॉइंट जरा फिर सेठी ये तो सारे बने के हिस्से जुड़ता हुआ
हरको वालिया सेठी प्रसिद्ध है मां खेड कबड्डी का सुपर स्टार कदे रत्ते वाली सेठी की गल कदे मेरे वालियों ये सेठी तो सारे बड़ा पर आप वेख लिया फिर आओ निजामपुरी तेजी अगे वजिया हुआ कबड्डी पाउण दे लई कि गज गज चौड़िया छातियां शरीर सोहने दिसदे मैच उही जितणगे